ਫਤਿਹਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਖਾਸ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਸਿੱਖਾਂ ਦਾ ਜੋ ਰੁਤਬਾ ਹੈ ਸਰਕਾਰ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ। ਜਿਸ ਤਰ੍ਹਾਂ ਮੁਸਲਮਾਨਾਂ ਨੇ ਘਰਾਂ ਤੇ ਬਲਡੋਜ਼ਰ ਚਲਾਏ ਜਾ ਰਹੇ ਸਨ, ਦਰਅਸਲ ਕੇਂਦਰ ਸਰਕਾਰ ਨੇ ਚਾਹੁੰਦੀ ਕਿ ਘੱਟ ਗਿਣਤੀਆਂ ਵਿੱਚ ਭਾਰਤ ਵਿੱਚ ਆਪਣੀ ਆਵਾਜ਼ ਬੁਲੰਦ ਕਰੇ। ਮਾਨ ਨੇ ਕਿਹਾ ਕਿ ਅੱਜ ਕੌਮ ਨੂੰ ਖਤਰਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੰਜਨਾ ਸ਼ਾਹੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੀ ਨੇ ਅਤੇ 7 ਤਰੀਕ ਨੂੰ ਕੁਛ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਪਰਾਲੇ ਕਰਨ ਜਾ ਰਹੇ ਨੇ। SGPC ਦੀ ਇਲੈਕਸ਼ਨ ਨਹੀਂ ਹੋਈ ਕੋਈ 12 ਕੁ ਸਾਲ ਤੋਂ, ਇਹਦੇ ਬਾਰੇ ਉਹ ਆਪਾਂ ਪੁੱਛਦੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਕੀ ਮਾਜਰਾ ਕੀ ਹੈ ਸਾਰਾ। ਪ੍ਰਧਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ। ਸਾਰੇ ਪ੍ਰੋਗਰਾਮ ਬਣਾਏ ਹੈ ਜਿਵੇਂ ਮੁਸਲਮਾਨਾਂ ਦੇ ਘਰ ਬੁਲਡੋਜ਼ਰਾਂ ਦੇ ਨਾਲ ਢਾਈ ਜਾਂਦੇ ਆ, ਇਸੇ ਤਰ੍ਹਾਂ ਸਿੱਖਾਂ ਦੀ ਪਾਰਲੀਮੈਂਟ 1925 ਦੇ ਵਿੱਚ ਕਾਨੂੰਨ ਦੇ ਰਾਹੀਂ ਸਥਾਪਿਤ ਹੋਈ ਸੀਗੀ। ਇਹਦੇ ਹਰੇਕ 5 ਸਾਲ ਬਾਅਦ ਇਲੈਕਸ਼ਨ ਹੁੰਦੇ ਆ, ਪਰ ਪਿਛਲੇ 12 ਸਾਲ ਤੋਂ ਸ਼੍ਰੀ ਮੋਦੀ ਅਤੇ BJP RSS ਨੇ ਇਹਦੇ ਇਲੈਕਸ਼ਨ ਨਹੀਂ ਕਰਾਏ ਹੈਗੇ, ਜਿਹਦੇ ਨਾਲ ਅਸੀਂ ਸਿੱਖ ਜੋ ਜਮਹੂਰੀਅਤ ਪਸੰਦ ਹੈਗੀ ਹੈ ਉਹ ਅਸੀਂ ਉਸ ਨੂੰ ਠੀਕ ਅਤੇ ਆਪਣੇ ਹੱਕਾਂ ਨੂੰ ਪ੍ਰਕਾਸ਼ ਕਰਨਾ ਚਾਹੁੰਦੇ। ਹੁਣ ਤੁਸੀਂ ਕਹਿੰਦੇ ਹੋ ਮੈਂ BBC ਵੱਲੋਂ ਆਈ ਹਾਂ, ਅਤੇ BBC ਵਲੈਤ ਦੀ ਬਹੁਤ ਵੱਡੀ ਸੰਸਥਾ ਹੈਗੀ ਹੈ ਅਤੇ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਵੀ ਇੱਥੇ ਜੌਨਸਨ ਸਾਹਿਬ ਆਏ ਹੋਏ ਆ, ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ ਇਹਦੇ ਇਲੈਕਸ਼ਨ 12 ਸਾਲ ਤੋਂ ਮੋਦੀ ਸਰਕਾਰ RSS ਦੀ ਕਰਾਰ ਨਹੀਂ ਗਈ, ਜਿਹਦੇ ਨਾਲ ਸਾਨੂੰ ਬਹੁਤ ਵੱਡੀ ਸੱਟ ਹੈ। ਹੁਣ ਜਦੋਂ ਤਾਰੀਫ ਕਰਨੀ ਹੁੰਦੀ ਹੈ ਇੰਡੀਆ ਦੀ, ਜੌਨਸਨ ਸਾਹਿਬ ਕਹਿੰਦੇ ਹੈ ਕਿ ਇਹ ਸਭ ਤੋਂ ਵੱਡਾ ਜਮਹੂਰੀਅਤ ਪਸੰਦ ਮੁਲਕ ਹੈ। ਜਿਹੜੀ ਜਮਹੂਰੀਅਤ ਹੈ ਸਿੱਖਾਂ ਦੀ, ਇਹ ਹਿੰਦੁੱਤਵਾ ਦੀ ਜਿਹੜੀ ਸਰਕਾਰ ਹੈ ਉਸ ਨੇ ਖਤਮ ਕਰਨ ਦੇ ਲਈ ਸਾਰੇ ਪ੍ਰੋਗਰਾਮ ਬਣਾਏ ਹੈ ਜਿਵੇਂ ਮੁਸਲਮਾਨਾਂ ਦੇ ਘਰ ਬੁਲਡੋਜ਼ਰਾਂ ਦੇ ਨਾਲ ਢਾਈ ਜਾਂਦੇ ਆ, ਇਸੇ ਤਰ੍ਹਾਂ ਸਿੱਖਾਂ ਦੀ ਪਾਰਲੀਮੈਂਟ 1925 ਦੇ ਵਿੱਚ ਕਾਨੂੰਨ ਦੇ ਰਾਹੀਂ ਸਥਾਪਿਤ ਹੋਈ ਸੀਗੀ। ਇਹਦੇ ਹਰੇਕ 5 ਸਾਲ ਬਾਅਦ ਇਲੈਕਸ਼ਨ ਹੁੰਦੇ ਆ, ਪਰ ਪਿਛਲੇ 12 ਸਾਲ ਤੋਂ ਸ਼੍ਰੀ ਮੋਦੀ ਅਤੇ BJP RSS ਨੇ ਇਹਦੇ ਇਲੈਕਸ਼ਨ ਨਹੀਂ ਕਰਾਏ ਹੈਗੇ, ਜਿਹਦੇ ਨਾਲ ਅਸੀਂ ਸਿੱਖ ਜੋ ਜਮਹੂਰੀਅਤ ਪਸੰਦ ਹੈਗੀ ਹੈ ਉਹ ਅਸੀਂ ਉਸ ਨੂੰ ਠੀਕ ਅਤੇ ਆਪਣੇ ਹੱਕਾਂ ਨੂੰ ਪ੍ਰਕਾਸ਼ ਕਰਨਾ ਚਾਹੁੰਦੇ। ਹੁਣ ਤੁਸੀਂ ਕਹਿੰਦੇ ਹੋ ਮੈਂ BBC ਵੱਲੋਂ ਆਈ ਹਾਂ, ਅਤੇ BBC ਵਲੈਤ ਦੀ ਬਹੁਤ ਵੱਡੀ ਸੰਸਥਾ ਹੈਗੀ ਹੈ ਅਤੇ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਵੀ ਇੱਥੇ ਜੌਨਸਨ ਸਾਹਿਬ ਆਏ ਹੋਏ ਆ, ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ ਇਹਦੇ ਇਲੈਕਸ਼ਨ 12 ਸਾਲ ਤੋਂ ਮੋਦੀ ਸਰਕਾਰ RSS ਦੀ ਕਰਾਰ ਨਹੀਂ ਗਈ, ਜਿਹਦੇ ਨਾਲ ਸਾਨੂੰ ਬਹੁਤ ਵੱਡੀ ਸੱਟ ਹੈ। ਹੁਣ ਜਦੋਂ ਤਾਰੀਫ ਕਰਨੀ ਹੁੰਦੀ ਹੈ ਇੰਡੀਆ ਦੀ, ਜੌਨਸਨ ਸਾਹਿਬ ਕਹਿੰਦੇ ਹੈ ਕਿ ਇਹ ਸਭ ਤੋਂ ਵੱਡਾ ਜਮਹੂਰੀਅਤ ਪਸੰਦ ਮੁਲਕ ਹੈ।